ਹਾਂਜੀ ਸਰ, ਬਾਬਾ ਜਿਮਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕੀਤਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਜੀ, ਹਰ ਸਾਲ ਦੀ ਤਰ੍ਹਾਂ ਪੱਤਰਕਾਰ ਸਾਹਿਬ 22ਵਾਂ ਚੇਤਨਾ ਮਾਰਚ, ਜੋ ਕਿ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਤੋਂ ਚੱਲਦਾ ਹੋਇਆ ਰਵਿਦਾਸ ਮਾਰਗ ਤੱਕ ਹਰ ਸਾਲ ਦੀ ਤਰ੍ਹਾਂ ਇੱਧਰੋਂ ਦੀ ਲੰਘਦਾ ਹੈ, ਅਤੇ ਦਾਸ ਆਲ ਇੰਡੀਆ ਸਰੂਪਕਾਰ ਫੈਡਰੇਸ਼ਨ ਦਾ ਚੇਅਰਮੈਨ ਹੋਣ ਦੇ ਨਾਤੇ 'ਤੇ ਇਹ ਜਿਹੜੀ ਸੇਵਾ ਹੁੰਦੀ ਹੈ, ਅਤੇ ਸਾਰੀ ਸੰਗਤਾਂ ਦੇ ਸਹਿਯੋਗ ਦੇ ਨਾਲ, ਹੋਰ ਮਿੱਤਰ ਪਿਆਰਿਆਂ ਦੇ ਸਹਿਯੋਗ ਦੇ ਨਾਲ, ਸਾਰਾ ਰਲ ਮਿਲ ਕੇ ਉਹਨਾਂ ਦਾ ਮਾਣ ਸਨਮਾਨ, ਜੋ ਗੁਰੂ ਮਹਾਰਾਜ ਦੇ ਪੰਜ ਆਪਣਾ ਜਥੇਦਾਰ ਸਾਹਿਬਾਨਾਂ ਦੇ ਪੰਜ ਪਿਆਰਾਂ ਦੇ ਸਾਹਿਬਾਨਾਂ ਦੀ ਅਗਵਾਈ 'ਚ ਜਾਂਦਾ ਹੈ, ਅਤੇ ਦਾਸ ਉਹਨਾਂ ਦੀ ਜਿਹੜੀ ਆ ਸੰਗਤ ਦੀ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਸੇਵਾ ਕਰਦੇ ਆ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੀ ਤਾਪਿਆਂ ਦੇ ਵਿੱਚ ਰਹਿ ਕੇ, ਅਤੇ ਇਹ ਜਿਹੜਾ ਇਲਾਕੇ ਦੀ ਸਾਡੀ ਸੋ ਸੰਗਤ ਹੈ ਸਾਰੀ, ਉਹਨਾਂ ਦੇ ਨਾਲ ਸਹਿਯੋਗ ਦਾ ਸਾਰਾ ਕੁਝ ਹੁੰਦਾ। ਅਸੀਂ ਸਾਰੇ ਨਗਰ ਕੀਰਤਨ ਨੂੰ ਅਤੇ ਸਾਰੇ ਇਲਾਕਾ ਨਿਵਾਸੀਆਂ ਨੂੰ, ਸਾਰੀ ਸਮੁੱਚੀ ਕੌਮ ਨੂੰ, ਸਿੱਖ ਕੌਮ ਨੂੰ, ਨਾਨਕ ਲੇਵਰ ਸੰਗਤਾਂ ਨੂੰ ਬਾਬਾ ਜੇਤਾ ਜੀ ਜੀ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਨ ਦੇ ਸਬੰਧ 'ਤੇ ਸਭ ਨੂੰ ਵਧਾਈ ਦੇ ਪਾਤਰ ਨੇ, ਸਾਰੇ ਵਧਾਈ ਦੇ ਨੇ।